ਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰਿਆਂ ਨੂੰ। ਹਾਂਜੀ ਕਿਵੇਂ ਹੋ? ਅੱਜ ਆਪਾਂ ਆਏ ਹਾਂ ਜੀ ਪਿੰਡ ਧਾਰੀਵਾਲ ਗੁਰਦੁਆਰਾ ਭਿਆਣਾ ਸਾਹਿਬ, ਅਤੇ ਤੁਹਾਨੂੰ ਦਿਖਾਉਣੇ ਅੱਜ ਜੋ ਕਿ ਇੱਥੇ ਦਸਤਾਰ ਦੁਮਾਲਾ ਕੰਪੀਟੀਸ਼ਨ ਆ, ਅਤੇ ਆ ਜਾਓ ਤੁਹਾਨੂੰ ਦਿਖਾਈਏ ਕੀ ਮਾਹੌਲ ਚੱਲ ਆ ਉੱਥੋਂ ਦਾ। ਆ ਜਾਓ आ साडे सारे वीर बैठे जिन्हें जिन्होंने भाग लिया। सो हुण जस साहिबान गुरु पातशाह महाराज तो अग लैण लई अरदास लगी है जी करन। सो आओ अरदास में शामिल होइए सारे वीर। लो जी आ वीर हुण पौनियां कर रहे आ पग्गां दियां। सो वीर तैयारियां च ने, बाकी देखो हुण महाराज नूं पता की बनदा, ਕਿਹੜਾ ਜਿੱਤਦਾ ਕਿਹੜਾ ਹਾਰਦਾ। ਤੁਸੀਂ ਸਾਹਮਣੇ ਦੇਖਿਆ ਜੋ ਕਿ ਪੱਗਾਂ ਦੀਆਂ ਪੌਣੀਆਂ ਕਰ ਰਹੇ ਨੇ, ਇੱਕ ਸਾਈਡ 5 ਤੋਂ ਲੈ ਕੇ 10 ਸਾਲ ਦੇ ਬੱਚਿਆਂ ਦੇ ਹੋ ਰਹੇ ਆ ਦਮਾਲਾ ਕੰਪੀਟੀਸ਼ਨ, ਇੱਕ ਪਾਸੇ ਪੱਗਾਂ ਦੇ ਹੋ ਰਹੇ ਆ ਅਤੇ ਦੂਸਰੇ ਪਾਸੇ ਜਿੱਧਰ ਦਮਾਲਿਆਂ ਦੇ ਹੋ ਰਹੇ ਆ। ਉੱਧਰ ਜਦੋਂ ਕੰਪੀਟੀਸ਼ਨ ਸ਼ੁਰੂ ਹੋ ਗਿਆ ਤੁਹਾਨੂੰ ਉੱਧਰ ਵੀ ਥੋੜ੍ਹੀ ਜਿਹੀ ਕਲਿੱਪ ਦਿਖਾਵਾਂਗੇ। ਇਨਾਮ ਬਹੁਤ ਸੋਹਣੇ ਆ ਜੀ, ਜੋ ਤੁਹਾਨੂੰ ਦਿਖਾਉਣੇ ਆ 5 ਤੋਂ 10 ਸਾਲ ਦੇ ਬੱਚਿਆਂ ਦੇ ਦਸਤਾਰਾਂ 'ਤੇ ਪੱਗਾਂ ਵੱਜ ਗਈਆਂ ਨੇ। ਅੱਜ ਹੁਣ ਤੁਹਾਨੂੰ ਦਿਖਾਉਣੇ ਆ ਕਿਵੇਂ ਦੀਆਂ ਬੰਨੀਆਂ ਨੇ। ਹਾਂਜੀ ਜੱਜ ਸਾਹਿਬਾਨ ਦਮਾਲੇ ਚੈੱਕ ਕਰ ਰਹੇ ਨੇ ਜੀ। ਸੋ ਬਾਕੀ ਦੇਖਦੇ ਆ ਹੁਣ ਕਿਹਨਾਂ ਨੇ ਮਿਹਨਤਾਂ ਕੀਤੀਆਂ, ਕਿਹਨਾਂ ਦੀ ਮਿਹਨਤ ਰੰਗ ਲਿਆਉਂਦੀ ਆ। ਹੁਣ ਕੋ ਸਾਹਿਬ ਆ ਮੂਹਰੇ ਹੋਏ ਆ ਦਮਾਲਾ ਬੰਨਣ ਦੇ ਲਈ। ਅੱਜ ਹੁਣ 11 ਤੋਂ 20 ਸਾਲ ਦੇ ਬੱਚਿਆਂ ਦੇ ਹੋ ਰਹੇ ਆ ਜੀ ਕੰਪੀਟੀਸ਼ਨ, ਅਤੇ ਅੱਜ ਤੁਹਾਨੂੰ ਦਿਖਾਉਂਦੇ ਹਾਂ ਕਿ ਜਿਵੇਂ ਦੀਆਂ ਉਹਨਾਂ ਨੇ ਪੱਗਾਂ ਬੰਨੀਆਂ ਨੇ, ਪੱਗਾਂ ਬਹੁਤ ਸੋਹਣੀਆਂ ਬੰਨੀਆਂ। ਅੱਜ ਦੇਖਦੇ ਹਾਂ ਆ ਆਪਣੇ ਵੀਰ ਬੰਨ ਰਹੇ ਨੇ ਪੱਗਾਂ। ਸੋ ਅੱਜ ਅੱਗੇ ਦੇਖਦੇ ਹਾਂ ਕਿਹੜੇ ਕਿਹੜੇ ਵੀਰ ਨੇ ਬੰਨ ਲਈ ਆ ਪੱਗ। ਲਗਭਗ ਹਜੇ ਸਾਰੇ ਬੰਨ ਹੀ ਰਹੇ ਨੇ, ਬਹੁਤ ਸੋਹਣੀਆਂ ਪੱਗਾਂ ਬੰਨੀਆਂ ਨੇ ਜੀ ਵੀਰਾਂ ਨੇ। ਬਾਕੀ ਹੁਣ ਹਾਂਜੀ ਕਿਵੇਂ ਦਾ ਲੱਗਿਆ ਜੀ ਵਲੋਗ, ਅਤੇ ਸਾਰੇ ਕਮੈਂਟ ਕਰਕੇ ਦੱਸਿਓ। ਹੁਣ ਇਨਾਮ ਲੱਗੇ ਆ ਵੰਡਣ, ਅਤੇ ਆ ਜਾਓ ਦਿਖਾਉਂਦੇ ਹਾਂ ਕਿੰਨਾ ਕਿੰਨਾ ਦੀ ਮਿਹਨਤ ਰੰਗ ਲਿਆਈ ਆ। ਸੋ ਆ ਜਾਓ ਦੇਖਦੇ ਹਾਂ। ਹਾਂਜੀ ਇਹਨਾਂ ਦੇ ਨਾਲ ਹੀ ਇੱਕ ਸਪੈਸ਼ਲ ਜਿਹੜਾ ਜਸ਼ਨਪ੍ਰੀਤ ਸਿੰਘ ਉਸਤਾਦ ਸਾਹਿਬਾਨਾਂ ਨੇ ਕੱਢਿਆ, ਉਹ ਜਸ਼ਨਪ੍ਰੀਤ ਸਿੰਘ ਨੂੰ ਸਪੈਸ਼ਲ ਜਿਹੜਾ ਉਹ ਸਨਮਾਨ ਦਿੱਤਾ ਜਾ ਰਿਹਾ। ਲਓ ਜੀ ਤੁਸੀਂ ਪੁਜੀਸ਼ਨਾਂ ਤਾਂ ਦੇਖ ਹੀ ਲਈਆਂ ਸਭ ਨੇ, ਅਤੇ ਆਪਾਂ ਨੂੰ ਆਹ ਵਿਸ਼ੇਸ਼ ਸਨਮਾਨ ਵਜੋਂ ਸਨਮਾਨਿਤ ਕੀਤਾ ਗਿਆ ਏ। ਹੁਣ ਆਪਾਂ ਚੱਲੇ ਹਾਂ ਜੀ ਘਰੇ, ਅਤੇ ਮਿਲਦੇ ਹਾਂ ਨੈਕਸਟ ਵਲੋਗ 'ਚ। ਓਕੇ ਬਾਏ, ਟਾਟਾ।